बिग बॉस कंटेस्टेंट मुनव्वर ने अपनी एक्स गर्लफ्रेंड उठते लगाए गंदे इल्जाम। उससे चाई साबका प्रेमिका ने भी सोशल मीडिया उत्ते आकर दी एक गल। बिग बॉस 17 इस बार काफी ज्यादा लाइमलाइट दे विच है, क्योंकि बिग बॉस दे विच इस बार बिग बॉस वालों ही ਕਰਦਿਆਂ ਦੀਆਂ ਪਰਸਨਲ ਚੀਜ਼ਾਂ ਨੂੰ ਬਾਹਰ ਲਿਆਇਆ ਜਾ ਰਿਹਾ ਤੇ ਦੱਸ ਦਈਏ ਕਿ ਇਸ ਵਾਰ ਬਿਗ ਬੋਸ 17 ਚ ਆਇਸ਼ਾ ਖਾਨ ਨੇ ਮੁਨੱਵਰ ਫਾਰੂਕੀ ਉੱਤੇ ਦੋਸ਼ ਲਾਏ ਸੀ। ਉਸਨੇ ਅਜਿਹੀਆਂ ਕਈ ਗੱਲਾਂ ਆਖੀਆਂ ਸੀ ਜਿਸ ਦੇ ਨਾਲ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ ਸੀ। ਅੰਕਿਤਾ ਨੂੰ ਮੁਨੱਵਰ ਉੱਤੇ ਗੁੱਸਾ ਆ ਗਿਆ ਸੀ। ਉੱਥੇ ਈਸ਼ਾ ਨੇ ਮੁਨੱਵਰ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਅਜਿਹੇ ਚ ਮੁਨੱਵਰ ਪਰੇਸ਼ਾਨ ਹੋ ਗਏ ਤੇ ਬਿਗ ਬੋਸ ਨਾਲ ਗੱਲ ਕਰਨ ਦੀ ਇੱਜ਼ਤ ਕਰਨ ਲੱਗੇ। ਜਦੋਂ ਬਿਗ ਬੋਸ ਨੇ ਉਸਨੂੰ ਕਨਫੈਸ਼ਨ ਰੂਮ ਚ ਨਹੀਂ ਬੁਲਾਇਆ, ਮੁਨੱਵਰ ਨੇ ਖਾਣਾ ਪੀਣਾ ਬੰਦ ਕਰ ਦਿੱਤਾ। ਪਰਿਵਾਰਿਕ ਮੈਂਬਰ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੇ ਤੇ ਆਇਸ਼ਾ ਵੱਲੋਂ ਲਗਾਏ ਦੋਸ਼ਾਂ ਉੱਤੇ ਮੁਨੱਵਰ ਤੋਂ ਜਸਟੀਫਿਕੇਸ਼ਨ ਮੰਗਣ ਲੱਗੇ। ਦੱਸ ਦੇ ਕਿ ਮੁਨੱਵਰ ਨੇ ਆਪਣਾ ਜਸਟੀਫਿਕੇਸ਼ਨ ਦਿੰਦਾ ਹੋਇਆ ਆਪਣੀ ਐਕਸ ਗਰਲਫ੍ਰੈਂਡ ਨਾਜ਼ੀਲਾ ਉੱਤੇ ਕਈ ਦੋਸ਼ ਲਗਾ ਦਿੱਤੇ। ਮੁਨੱਵਰ ਨੇ ਨੈਸ਼ਨਲ ਟੈਲੀਵਿਜ਼ਨ ਉੱਤੇ ਦਾਅਵਾ ਕੀਤਾ ਕਿ ਨਾਜ਼ੀਲਾ ਉਹਨਾਂ ਦੇ ਪੁੱਤਰਾਂ ਨੂੰ ਬੋਰਡਿੰਗ ਸਕੂਲ ਭੇਜਣਾ ਚਾਹੁੰਦੀ ਸੀ। ਉਸਨੇ ਇਹ ਵੀ ਕਿਹਾ ਸੀ ਜਦੋਂ ਉਸਦੀ ਭੈਣ ਆਈ ਸੀ ਤਾਂ ਨਾਜ਼ੀਲਾ ਨੇ ਉਸ ਉੱਤੇ ਆਪਣੀ ਹੀ ਭੈਣ ਨਾਲ ਅਫੇਅਰ ਦੇ ਦੋਸ਼ ਲਗਾ ਦਿੱਤੇ ਸੀ। ਮੁਨੱਵਰ ਨੇ ਦੱਸਿਆ ਕਿ ਉਹ ਨਾਜ਼ੀਲਾ ਤੋਂ ਡਰਦਾ ਸੀ, ਇਸ ਲਈ ਉਸ ਨਾਲ ਬ੍ਰੇਕਅਪ ਨਹੀਂ ਕਰ ਸਕਿਆ। ਨਾਜ਼ੀਲਾ ਨੇ ਮੁਨੱਵਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਤੂੰ ਉਸ ਨੂੰ ਛੱਡ ਦਿੱਤਾ ਤਾਂ ਉਹ ਉਸ ਨੂੰ ਤਬਾਹ ਕਰ ਦੇਵੇਗੀ। ਇਸ ਤੋਂ ਬਾਅਦ ਨਾਜ਼ੀਲਾ ਦੇ ਵੱਲੋਂ ਇਸਦਾ ਜਵਾਬ ਦਿੱਤਾ ਗਿਆ। ਨਾਜ਼ੀਲਾ ਨੇ ਟੈਲੀਕਾਸਟ ਹੋਣ ਤੋਂ ਬਾਅਦ ਹੀ ਇੱਕ ਸੋਸ਼ਲ ਮੀਡੀਆ ਪੋਸਟ ਕੀਤੀ ਜਿਸ ਦੇ ਵਿੱਚ ਨਾਜ਼ੀਲਾ ਨੇ ਲਿਖਿਆ ਕਿ ਇਹ ਸ਼ਰਮ ਦੀ ਗੱਲ ਹੈ ਕਿ ਲੋਕ ਆਪਣੇ ਆਪ ਨੂੰ ਬਚਾਉਣ ਦੇ ਲਈ ਝੂਠ ਬੋਲਦੇ ਨੇ। ਨਾਜ਼ੀਲਾ ਦੀ ਪੋਸਟ ਸ਼ੇਅਰ ਕਰਨ ਤੋਂ ਬਾਅਦ ਹੀ ਮੁਨੱਵਰ ਦੇ ਦੋਸਤ ਸਦਾਕਤ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸ਼ਰਮ ਦੀ ਗੱਲ ਹੈ ਕਿ ਲੋਕ ਆਪਣੀ ਸੱਚਾਈ ਜਾਣ ਕੇ ਵੀ ਦੂਜਿਆਂ ਨੂੰ ਸ਼ੀਸ਼ਾ ਦਿਖਾਉਂਦੇ ਨੇ। ਸੋ ਇਸ ਵਾਰ ਬਿਗ ਬੋਸ ਦੇ ਵਿੱਚ ਕਾਫੀ ਜ਼ਿਆਦਾ ਕੰਟਰੋਵਰਸੀ ਚੱਲ ਰਹੀਆਂ ਨੇ। ਸੋ ਤੁਹਾਨੂੰ ਕਿਹੜੀ ਕੰਟਰੋਵਰਸੀ ਦੇ ਵਿੱਚ ਦੇਖ ਕੇ ਜ਼ਿਆਦਾ ਮਜ਼ਾ ਆ ਰਿਹਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ।